ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਅਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ, ਅਤੇ ਨਾਲ ਹੀ ਲੱਗੇ ਹੋਏ ਬੈੱਲ ਆਈਕੋਨ ਦੇ ਬਟਨ ਨੂੰ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਵੀਰਾਂ ਤੱਕ ਸਭ ਤੋਂ ਪਹਿਲੇ ਪਹੁੰਚੇ। ਦੋਸਤੋ ਜਨਾਬ, ਅੱਜ ਤੁਹਾਡਾ ਭਾਈ ਮੁਹੰਮਦ ਅਫਜ਼ਲ ਵੀਰਾਂ ਵਾਸਤੇ ਫਰੀਜ਼ਨ ਕਰਾਸ ਲੈਣ ਲੈ ਕੇ ਹਾਜ਼ਰ ਹੋਇਆ ਜਨਾਬ, ਜਿਹੜੀ ਕਿ ਅੱਧਾ ਘੰਟਾ ਪਹਿਲੇ ਸੂਈ ਹੈ ਜਨਾਬ। ਦੋਸਤਾਂ ਵੀਰਾਂ ਨੂੰ ਦਿਖਾਵਾਂਗੇ, ਲਿਆਓ ਜੀ, ਦਿਖਾਈਏ ਜੀ, ਕੈਮਰਾਮੈਨ ਸਾਹਿਬ ਦਿਖਾਓ ਜੀ। ਇਹ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ ਜਨਾਬ ਫਰੀਜ਼ਨ ਵੱਛੀ ਦਿੱਤੀ ਹੈ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ। ਮਾਸ਼ਾਅੱਲਾ, ਸੈਕਸ ਸਿਮਨ ਦੀ ਵੱਛੀ ਹੈ। ਗਾਏ ਜਨਾਬ ਮੈਂ ਬਾਅਦ 'ਚ ਦਿਖਾਵਾਂਗਾ, ਦੋਸਤਾਂ ਨੂੰ ਪਹਿਲੇ ਵੱਛੀ ਦਿਖਾ ਦਿੰਦੇ ਹਾਂ ਜਨਾਬ। ਸੈਕਸ ਸਿਮਨ ਦੀ ਵੱਛੀ ਹੈ, ਵੱਛੀ ਨੂੰ ਇੱਧਰ ਕਰੀ ਵੀ ਬਾਈ ਜਾਨ ਵੈੜੀ, ਆਪ ਖੁਦ ਫਰੀਜ਼ਨ ਦਾ ਕਰਾਸ ਹੈ ਮਾਸ਼ਾਅੱਲਾ। ਇਹ ਜਨਾਬ ਸੈਕਸ ਸਿਮਨ ਦੀ ਵੱਛੀ ਹੈ ਜਨਾਬ, ਪਿੱਛੇ ਬੜੀ ਪਿਆਰੀ ਜਨਾਬ ਵੱਛੀ ਹੈ। ਅੱਧਾ ਘੰਟਾ, ਅੱਧੇ ਤੋਂ ਪੌਣਾ ਘੰਟਾ ਹੋ ਗਿਆ ਜਨਾਬ ਵੈੜੀ ਸੂਈ ਨੂੰ, ਅਜੇ ਜੇਰ ਦਾ ਪੱਲੂ ਬਾਹਰ ਕੱਢਣਾ ਹੁਣ ਸ਼ੁਰੂ ਕੀਤਾ ਜਨਾਬ, ਉਹ ਵੀ ਦਿਖਾਵਾਂਗੇ। ਬਾਕੀ ਜਨਾਬ ਮੇਰੇ ਦੋਸਤ ਵੀਰ ਵੱਛੀ ਚੈੱਕ ਕਰ ਸਕਦੇ ਨੇ, ਚਾਰ ਚਾਰ ਉਂਗਲ ਦਾ ਸਿੰਘ ਹੈ ਜਨਾਬ, ਪਿੱਛੇ ਕਰੀਆਂ, ਚਾਰ ਚਾਰ ਉਂਗਲ ਦਾ ਜਨਾਬ ਕੰਨ ਹੈ ਦੋਸਤਾਂ ਵੀਰਾਂ ਦੇ ਸਾਹਮਣੇ ਜਨਾਬ। ਇਹ ਵੱਛੀ, ਵੱਛੀ ਦੇ ਕੰਨ 'ਤੇ ਹੱਥ ਰੱਖੀ ਬਾਈ। ਇਹ ਜਨਾਬ ਦੋਸਤ ਵੀਰ ਚੈੱਕ ਕਰ ਸਕਦੇ ਨੇ, ਚਾਰ ਉਂਗਲ ਦਾ ਜਨਾਬ ਕੰਨ ਹੈ ਵੱਛੀ ਫਰੀਜ਼ਨ ਤੋਂ ਕਰਾਸ ਮਾਸ਼ਾਅੱਲਾ, ਸੈਕਸ ਸਿਮਨ ਦੀ ਵੱਛੀ ਹੈ। ਬਾਕੀ ਜਨਾਬ ਹੁਣ ਮੈਂ ਵੈੜੀ ਦਿਖਾਵਾਂਗਾ ਦੋਸਤਾਂ ਵੀਰਾਂ ਨੂੰ ਜਨਾਬ। ਇਹ ਜਨਾਬ ਵੈੜੀ ਹੈ ਫਰੀਜ਼ਨ ਕਰਾਸ ਵੈੜੀ ਜਨਾਬ, ਵੈੜੀ ਦਾ ਜਨਾਬ ਝੁੰਗਾ ਸਿੰਘ ਲੱਗਿਆ ਹੋਇਆ। ਅੱਗੇ ਕਰੀ ਵੈੜੀ ਬਾਈ, ਵੈੜੀ ਨੂੰ ਬਲਕਿ ਛੱਡ ਲੈ ਤੂੰ, ਟੋਰ ਵੈੜੀ ਨੂੰ। ਮਾਸ਼ਾਅੱਲਾ ਝੁੰਗਾ ਸਿੰਘ ਲੱਗਿਆ, ਚਾਰ ਚਾਰ ਉਂਗਲ ਦਾ ਸਿੰਘ ਹੈ ਜਨਾਬ। ਦੂਸਰਾ ਵਾਰਾ ਸੂਈ ਫਰੀਜ਼ਨ ਤੋਂ ਕਰਾਸ ਹੈ ਮਾਸ਼ਾਅੱਲਾ। ਦੋਸਤ ਵੀਰ ਵੈੜੀ ਦੇ ਕੰਨਾਂ ਦੀ ਪਸ਼ਮ ਚੈੱਕ ਕਰ ਸਕਦੇ ਨੇ, ਜਰਸੀ ਵਾਲੀ ਪਸ਼ਮ ਹੈ ਜਨਾਬ। ਅੱਲਾ ਦੇ ਹੁਕਮ ਨਾਲ ਜਨਾਬ ਵੈੜੀ ਜਰਸੀ ਵੀ ਕੋਈ 10% ਜਰਸੀ ਵੀ ਅੱਲਾ ਦੇ ਹੁਕਮ ਨਾਲ ਜ਼ਰੂਰ ਹੈਗੀ ਹੈ। ਬਾਕੀ ਫਰੀਜ਼ਨ ਦਾ ਕਰਾਸ ਹੈ ਜਨਾਬ। ਇਹ ਜਨਾਬ ਦੋਸਤ ਵੀਰ ਚੈੱਕ ਕਰ ਸਕਦੇ ਨੇ, ਵੈੜੀ ਨੂੰ ਮਾਸ਼ਾਅੱਲਾ ਥਣ ਬੜਾ ਪਾਵਰ ਵਾਲਾ, ਕੱਦ ਬੜਾ ਮਾਸ਼ਾਅੱਲਾ ਉੱਚਾ ਹੈ। ਦੋਸਤ ਵੀਰ ਚੈੱਕ ਕਰ ਸਕਦੇ ਨੇ, ਸਾਈਡ ਦਿਓ ਜੀ ਬਾਬੂ, ਇਹ ਦੋਸਤ ਵੀਰ ਜਨਾਬ ਕੱਦ ਚੈੱਕ ਕਰ ਲੈਣ, ਵੈੜੀ ਦਾ ਕੱਦ ਕਿੱਡਾ ਮਾਸ਼ਾਅੱਲਾ। ਔਰ ਹਵਾਨੇ ਬੜੇ ਵੱਡੇ ਹਵਾਨੇ ਦੀ ਮਾਲਕ ਹੈ ਮਾਸ਼ਾਅੱਲਾ, ਬੜਾ ਪਾਵਰ ਵਾਲਾ ਥਣ ਲੱਗਿਆ ਹੈ। ਅੱਲਾ ਤਾਲਾ ਨਜ਼ਰੇ ਬਾਅਦ ਤੋਂ ਬਚਾਏ। ਇਹ ਜਨਾਬ ਵੈੜੀ ਦਾ ਕੱਦ, ਵੈੜੀ ਦੇ ਨੇੜੇ ਹੋ ਵੀ, ਵੈੜੀ ਦੇ ਨੇੜੇ ਹੋ, ਵੈੜੀ ਦਾ ਕੱਦ ਚੈੱਕ ਕਰ ਲਓ ਦੋਸਤ ਵੀਰ, ਬੰਦੇ ਦੇ ਕੱਦ ਜਿੱਦਾਂ ਕੱਦ ਹੈ ਮਾਸ਼ਾਅੱਲਾ ਵੈੜੀ ਦਾ। ਬਾਕੀ ਲੈਣੇ ਦੇ ਨਸੀਬ ਹੁੰਦੇ ਨੇ, ਦੋਸਤਾਂ ਵਾਸਤੇ ਗਿਫਟ ਲੈ ਕੇ ਹਾਜ਼ਰ ਹੋਇਆ ਜਨਾਬ। ਵੈੜੀ ਦਾ ਕੱਦ ਚੈੱਕ ਕਰ ਲੈਣ ਦੋਸਤ ਵੀਰ ਮੇਰੇ। ਇਹ ਜਨਾਬ ਦੂਸਰਾ ਸੂਆ ਸੂਈ ਹੈ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਸੂ ਤਾਂ ਕਵਾਨਾ ਲੱਗਿਆ ਹੋਇਆ ਮਾਸ਼ਾਅੱਲਾ, ਥਣ ਬੜਾ ਪਾਵਰ ਵਾਲਾ ਜਨਾਬ। ਇਹ ਜਨਾਬ ਦੋਸਤ ਵੀਰ ਚੈੱਕ ਕਰ ਸਕਦੇ ਨੇ, ਬੜਾ ਖੂਬਸੂਰਤ ਔਰ ਪਾਵਰ ਵਾਲਾ ਥਣ ਲੱਗਿਆ ਮਾਸ਼ਾਅੱਲਾ, ਬੜਾ ਪਾਵਰ ਵਾਲਾ ਔਰ ਖੂਬਸੂਰਤ ਥਣ, ਬੜੀਆਂ ਵਿਰਲਾਂ ਵਾਲਾ ਸੋਹਣਾ ਥਣ ਲੱਗਿਆ। ਇਹ ਜਨਾਬ ਦੋਸਤ ਵੀਰ ਅੱਗੇ ਟੋਰੀ ਵੀ, ਇਹ ਜਨਾਬ ਦੋਸਤ ਵੀਰ ਹਵਾਨੇ ਚੈੱਕ ਕਰ ਸਕਦੇ ਨੇ ਮਾਸ਼ਾਅੱਲਾ। ਸੂ ਤੱਕ ਹਵਾਨਾ ਲੱਗਿਆ ਮਾਸ਼ਾਅੱਲਾ। ਇਹ ਜਨਾਬ ਚੈੱਕ ਕਰ ਸਕਦੇ ਨੇ ਦੋਸਤ ਵੀਰ, ਜਨਾਬ ਮੈਂ ਹਵਾਨਾ ਪੂਰਾ ਪਿੱਛੋਂ ਦਿਖਾ ਰਿਹਾ ਜਨਾਬ, ਸੂ ਤੱਕ ਹਵਾਨਾ ਲੱਗਿਆ ਮਾਸ਼ਾਅੱਲਾ। ਔਰ ਹਵਾਨਾ ਜਨਾਬ ਹਵਾਨੇ ਦੀਆਂ ਜਨਾਬ, ਇਹ ਨਰਮ ਕਿੰਨਾ ਹਵਾਨਾ ਹੈ, ਵਧਣਾ ਚੈੱਕ ਕਰ ਲੈਣ ਦੋਸਤ ਵੀਰ ਜਨਾਬ। ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ, ਦੋਸਤਾਂ ਵਾਸਤੇ ਜਨਾਬ ਮਿਹਨਤਾਂ ਕਰੀ ਦੀਆਂ, ਮਿਹਨਤਾਂ ਕਰਕੇ ਅੱਛੇ ਜਾਨਵਰ ਔਰ ਘਰੇਲੂ ਜਾਨਵਰ ਲੈ ਕੇ ਹਾਜ਼ਰ ਹੋਈਦਾ। ਜੇਰ ਦਾ ਪੱਲੂ ਵੈੜੀ ਬਾਹਰ ਕੱਢਣ ਲੱਗੀ ਹੈ। ਇਹ ਦੋਸਤ ਵੀਰ ਚੈੱਕ ਕਰ ਸਕਦੇ ਨੇ ਜਨਾਬ, ਅੱਧਾ ਤੋਂ ਪੌਣਾ ਘੰਟਾ ਹੋਇਆ ਜਨਾਬ ਸੂਈ ਹੈ, ਜੇਰ ਦਾ ਪੱਲੂ ਬਾਹਰ ਕੱਢਣ ਲੱਗੀ ਹੈ ਜਨਾਬ। ਇਹ ਜਨਾਬ ਮਾਸ਼ਾਅੱਲਾ ਬੜੀ ਖੂਬਸੂਰਤ ਵੈੜੀ ਜਨਾਬ, ਬੜਾ ਨਵਾਬ ਚੱਡਾ ਰੱਖਦੀ ਜਨਾਬ ਮਾਸ਼ਾਅੱਲਾ। ਮਾਲਕ ਦਾ ਕਹਿਣਾ ਇਨਸ਼ਾਅੱਲਾ ਕਿ 20 ਲੀਟਰ ਦੁੱਧ ਦੇਗੀ ਇਨਸ਼ਾਅੱਲਾ ਇਹ ਸੂਏ। ਦੂਸਰਾ ਵਾਰਾ ਹੈ
ਮੂੰਹੋਂ ਛਿੱਗੀਏ ਦੋਸਤਾਂ ਵੀਰਾਂ ਦੇ ਸਾਹਮਣੇ ਜਨਾਬ, ਬਾਕੀ ਦੋਸਤਾਂ ਨੂੰ ਥਰਡ ਪਾਸ ਕਰਾਵਾਂਗੇ। ਕਿਉਂ ਜੀ? ਹਾਂ, ਥਰਡ ਪਾਸ ਕਰਾਵਾਂਗੇ ਅੱਲਾਹ ਦੇ ਹੁਕਮ ਨਾਲ। ਬਾਕੀ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ ਬੜੀ ਵੈੜੀ ਕੱਦ ਕਾਠ ਵਾਲੀ ਔਰ ਮਾਸ਼ਾਅੱਲਾ ਮੋਟੀ ਤਾਜ਼ੀ, ਕਿਉਂਕਿ ਬੱਚਾ ਡਿਲੀਵਰ ਹੋਣ ਕੀਤਾ ਹੈ, ਇਸ ਵਜ੍ਹਾ ਤੋਂ ਥੋੜ੍ਹੀ ਕਮਜ਼ੋਰ ਨਜ਼ਰ ਆ ਰਹੀ। ਵੈੜੀ ਕਮਜ਼ੋਰ ਨਹੀਂ ਹੈ ਕਿਉਂਕਿ ਬੱਚਾ ਡਿਲੀਵਰ ਕੀਤਾ, ਬੱਚਾ ਦਿੱਤਾ, ਇਸ ਵਜ੍ਹਾ ਤੋਂ ਥੋੜ੍ਹੀ ਵੱਖੀ ਨਜ਼ਰ ਆ ਰਹੀ ਹੈ। ਬਾਕੀ ਵੈੜ 'ਚ ਕੋਈ ਕਮੀ ਬੇਸ਼ੀ ਨਹੀਂ ਹੈ ਜਨਾਬ, ਔਰ ਮੁਨਾਸਿਬ ਰੇਟ ਕਰਵਾਵਾਂਗੇ ਅੱਲਾਹ ਦੇ ਹੁਕਮ ਨਾਲ। ਅਤੇ ਮੇਰਾ ਐਨੀਮਲ ਟੀਵੀ ਦੀ ਟੀਮ ਦੋਸਤਾਂ ਵਾਸਤੇ ਮਿਹਨਤ ਕਰਦੀ ਔਰ ਮੁਨਾਸਿਬ ਰੇਟ ਹੀ ਕਰਵਾਉਂਦੀ ਔਰ ਮੁਨਾਸਿਬ ਰੇਟ 'ਤੇ ਜਾਨਵਰ ਲੈ ਕੇ ਹਾਜ਼ਰ ਹੋਈਦੇ ਨੇ ਅੱਲਾਹ ਦੇ ਹੁਕਮ ਨਾਲ। ਬਾਕੀ ਲੈਣ ਦੇਣੇ ਨਸੀਬ ਹੁੰਦੇ ਨੇ, ਮੈਂ ਫਿਰ ਜਿੱਦਾਂ ਜਨਾਬ ਦਿਖਾ ਦਿਆਂਗਾ। ਜਨਾਬ ਥਣ ਚੈੱਕ ਕਰ ਲੈਣ ਦੋਸਤ ਵੀਰ, ਮਾਸ਼ਾਅੱਲਾ ਬੜਾ ਸੋਹਣਾ ਔਰ ਪਾਵਰ ਵਾਲਾ ਥਣ ਲੱਗਿਆ ਹੋਇਆ, ਇਹ ਜਨਾਬ ਦੋਸਤ ਵੀਰ ਚੈੱਕ ਕਰ ਸਕਦੇ ਨੇ। ਮਾਸ਼ਾਅੱਲਾ ਵੈੜ ਬੜੀ ਪੂਰੀ ਬਰੀਕੀਆਂ ਵਾਲੀ ਔਰ ਖੂਬਸੂਰਤ ਵੈੜ ਹੈ। ਮਾਸ਼ਾਅੱਲਾ ਵੈੜ ਦੀਆਂ ਬਰੀਕੀਆਂ ਜਨਾਬ ਨੇ ਚੈੱਕ ਕਰਨੀਆਂ ਨੇ, ਦੋਸਤਾਂ ਵੀਰਾਂ ਨੇ ਚੈੱਕ ਕਰਨੀਆਂ ਨੇ। ਬਾਕੀ ਮੇਰੇ ਭਰਾਵਾਂ ਨੂੰ ਮੈਂ ਵੈੜ ਦਿਖਾ ਦਿੱਤੀ ਹਰ ਪਾਸੋਂ, ਮੇਰਾ ਕੰਮ ਹੈ ਵੈੜ ਦਿਖਾਉਣਾ, ਬਾਕੀ ਦੋਸਤਾਂ ਵੀਰਾਂ ਦਾ ਕੰਮ ਹੈ ਵੈੜ ਨੂੰ ਪੜ੍ਹਨਾ, ਪੜ੍ਹ ਕੇ ਮੈਨੂੰ ਫੋਨ ਕਰਨਾ। ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ। ਮੇਰੀ ਕਿਸੇ ਨੂੰ ਅੱਜ ਵਾਲੀ ਵੀਡੀਓ ਪਸੰਦ ਆਵੇ ਉਹ ਲਾਈਕ ਕਰੇ, ਸਬਸਕ੍ਰਾਈਬ ਕਰੇ, ਸ਼ੁਕਰੀਆ। ਮੇਰਾ ਵਟਸਐਪ ਨੰਬਰ ਹੈ 0301-486-5352। ਬਾਕੀ ਮਾਲਕ ਕੋਲੋਂ ਪੁੱਛ ਲੈਂਦਾ ਸਾਰੀਆਂ ਗੱਲਾਂ ਜਨਾਬ। ਇਹ ਪਕੜੋ ਜੀ, ਇੱਥੇ ਆ ਜਾਓ ਜੀ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੈ ਜੀ, ਠੀਕ ਠਾਕ ਹੋ? ਠੀਕ ਹੈ। ਅੱਛਾ, ਇਹ ਵੈੜੀ ਤੇਰੇ ਘਰ ਦੀ? ਘਰ ਦੀ। ਪੱਕੀ ਗੱਲ? ਪੱਕੀ ਗੱਲ। ਬਾਕੀ ਮੈਂ ਵੀਰਾਂ ਵਾਸਤੇ ਕੋਸ਼ਿਸ਼ ਕਰਨਾ, ਮੈਂ ਵਪਾਰੀ ਜਾਂ ਕਿਸੇ ਅੱਡੇ 'ਤੇ ਨਹੀਂ ਜਾਂਦਾ, ਮੈਂ ਅੱਲਾਹ ਦੇ ਹੁਕਮ ਨਾਲ, ਅੱਲਾਹ ਦੇ ਫਜ਼ਲ ਨਾਲ ਘਰਾਂ ਦੀਆਂ ਵੈੜੀਆਂ ਲੱਭ ਕੇ, ਘਰੇਲੂ ਜਾਨਵਰ ਲੱਭ ਕੇ ਹੀ ਮੈਂ ਆਪਣੇ ਚੈਨਲ 'ਤੇ ਲਗਾਉਣਾ। ਬਾਕੀ ਭਾਈ ਵੀ ਕਹਿ ਰਿਹਾ ਮੇਰੇ ਘਰ ਦੀ ਹੈ, ਅਤੇ ਅੱਲਾਹ ਦੇ ਹੁਕਮ ਨਾਲ ਸ਼ਰਤੀ ਹੈ ਘਰ ਦੀ ਹੋਏਗੀ। ਅੱਛਾ, ਇਹ ਦੂਸਰਾ ਵਾਰ ਹੈ ਕਿ ਪਹਿਲਾ ਵਾਰ ਹੈ? ਦੂਸਰਾ ਵਾਰ। ਦੂਸਰਾ ਵਾਰ ਹੈ, ਮੈਂ ਦੂਸਰਾ ਹੀ ਦੱਸਿਆ, ਠੀਕ ਹੋ ਗਿਆ। ਪਹਿਲਾ ਵਾਰ ਆ, ਤੂੰ ਖੁਦ ਇੱਥੇ ਪੀਤਾ ਜਨਾਬ ਆਪਣੇ ਘਰ? ਪੀਤਾ। ਕਿੰਨਾ ਦੁੱਧ ਦਿੰਦੀ ਰਹੀ? 14 ਲੀਟਰ ਤੋਂ, 14 ਲੀਟਰ ਪੂਰਾ ਦਿੰਦੀ ਹੈ। 14 ਲੀਟਰ? ਹਾਂ, ਦੋ ਦਿਨ ਦਿੰਦਾ ਰਿਹਾ ਮੈਂ ਯਾਰ, ਘਰ ਦੀ ਵੈੜ ਮੇਰੀ ਆਪਦੀ। ਚਲੋ ਮਾਸ਼ਾਅੱਲਾ ਜੀ, 14 ਲੀਟਰ ਕੀ ਕਰਨਾ, ਪੱਕਾ ਦਿੰਦੀ ਰਹੀ? ਹਾਂ, ਐਰਕੀ 20 ਲੀਟਰ ਅੱਲਾਹ ਦੇ ਹੁਕਮ ਦੇਏਗੀ। ਅੱਛਾ, ਇਸ ਦਫਾ ਕਿੰਨਾ ਕਰੇਗੀ? 20 ਲੀਟਰ ਅੱਲਾਹ ਦੇ ਹੁਕਮ। ਅੱਛਾ ਜੀ, 20 ਲੀਟਰ ਦੁੱਧ ਕਰੇਗੀ, ਮਾਸ਼ਾਅੱਲਾ, ਤੇ ਠੀਕ ਹੋ ਗਿਆ। ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕਿੰਨਾ? ਇਹ 1.45 ਤੋਂ ਘੱਟ ਨਹੀਂ ਜੀ। ਥੋੜਾ ਬਹੁਤਾ ਕਰਨਾ ਪੈਗਾ। ਅੱਛਾ, ਤੇ ਮੈਂ ਦੋਸਤਾਂ ਵੀਰਾਂ ਨੂੰ ਜਨਾਬ ਵੈੜੀ ਚੈੱਕ ਕਰਵਾਵਾਂ, ਥਣ ਛਣ ਆਪਾਂ ਪਾਸ ਕਰਾ ਦਈਏ, ਕਰਾ ਦਿਆਂ ਵਿੱਚ ਹੀ ਦਿਖਾ ਦਿੰਦੇ ਦੋਸਤਾਂ ਵੀਰਾਂ ਨੂੰ ਕਿ ਥਣ ਦਾ ਮਾਸ਼ਾਅੱਲਾ ਕੋਈ ਛੱਟਾ ਨਹੀਂ, ਕੋਈ ਕੋਈ ਸ਼ੈ ਨਹੀਂ ਗੀ। ਚਲੋ ਥਣ ਪਾਸ ਕਰਾਓ ਦੋਸਤੋ, 2,45,000 ਰੁਪਇਆ ਰੇਟ ਹੈ ਜਨਾਬ, ਤੇ ਬਾਕੀ ਵੈੜ ਤੁਹਾਨੂੰ ਥਣ ਪਾਸ ਕਰਵਾਉਂਦੇ ਹਾਂ ਦੋਸਤਾਂ ਵੀਰਾਂ ਨੂੰ। ਲਾਓ ਜੀ ਵੰਗਾ, ਲਾਓ ਵੰਗਾ, ਲਾਓ। ਮਾਸ਼ਾਅੱਲਾ ਵੈੜ ਬੜੀ ਬਰੀਕੀਆਂ ਵਾਲੀ ਹੈ ਜਨਾਬ, ਲਈ ਚੱਲੀ ਬੜੀ ਬਰੀਕੀਆਂ ਵਾਲੀ ਹੈ ਮਾਸ਼ਾਅੱਲਾ ਵੈੜ, ਇਨਸ਼ਾਅੱਲਾ ਬੜਾ ਸੋਹਣਾ ਥਣ ਲੱਗਿਆ, ਬੜੀ ਵੱਡੇ ਅਵਾਨੇ ਦੀ ਮਾਲਕ ਹੈ। ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ ਜਨਾਬ, ਘਰੇਲੂ ਵੈੜ ਅੱਲਾਹ ਦੇ ਹੁਕਮ ਨਾਲ ਜਿਹੜੀਆਂ ਮੁਨਾਸਿਬ ਗੱਲਾਂ ਭਾਈ ਨੇ ਕੀਤੀਆਂ ਨੇ, ਪਹਿਲੇ ਸੂਏ 14 ਕਿਲੋ ਦੁੱਧ ਦਿੰਦੀ ਰਹੀ ਹੈ, ਇਨਸ਼ਾਅੱਲਾ ਇਸ ਦਫਾ 20 ਕਿਲੋ ਦੁੱਧ ਦੇਗੀ ਅੱਲਾਹ ਦੇ ਹੁਕਮ ਨਾਲ, ਔਰ ਵਾਕਿਆ ਹੀ 20 ਨੂੰ ਪਹੁੰਚੇਗੀ। 20 ਨਾ ਦਿੱਤਾ ਤੇ 18 ਕਿਲੋ ਤੇ ਪੱਕਾ ਹੋਏਗਾ ਅੱਲਾਹ ਦੇ ਹੁਕਮ ਨਾਲ, ਜੋ ਨਜ਼ਰ ਆ ਰਿਹਾ, ਜੋ ਅੱਲਾਹ ਦੇ ਘਰ 'ਚ ਉਮੀਦ ਹੈ। ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ, ਦੁੱਧ ਪੁੱਤਰ ਨਸੀਬ ਦਾ ਹੁੰਦਾ ਜੀ। ਬਾਕੀ ਵੈੜੀ 'ਚ ਕਮੀ ਕੋਈ ਨਹੀਂ, ਬਾਕੀ ਮੇਰੇ ਦੋਸਤਾਂ ਨੇ ਦੇਖਣਾ ਵੈੜੀ 'ਚ ਕਿਸੇ ਕਿਸਮ ਦੀ ਕਮੀ ਕੋਈ ਨਹੀਂ।
ਬੈਠੀ ਕੈਮਰੇ ਤੋਂ ਡਰੇ ਨਾ, ਵੰਗਾ ਪਾ ਲਵੇ ਕਿ ਵੰਗਾ ਲੈਂਦੀ ਨੀ ਲੈਂਦੀ ਏ? ਅੱਛਾ ਵੰਗਾ ਲੈਂਦੀ ਏ, ਬਰ ਬੜੀ ਮਾਸ਼ਾਅੱਲਾ ਅਸੀਲ ਸ਼ਰਾਫ ਏ। ਮਰਜ਼ੀ ਚੋਈ ਜਾਏਗੀ। ਮੈਂ ਦੂਸਰੇ ਪਾਸੇ ਜਾਣਾ ਜਨਾਬ, ਦੂਸਰੀ ਸਾਈਡ ਤੇ ਜਾ ਕੇ ਮੈਨੂੰ ਇਹ ਹੱਥ ਤੇ ਮਾਰੇ ਯਾਰ, ਕੋਈ ਬਰਤਨ ਸਦਾ ਲਵੇ। ਬਰਤਨ ਲਿਆਓ ਯਾਰ, ਇਹ ਮਾਸ਼ਾਅੱਲਾ ਲਿਆਓ ਯਾਰ, ਜਲਦੀ ਜਲਦੀ ਬਰਤਨ ਲਿਆਓ। ਗਲਾਸ ਲਿਆ, ਕੋਈ ਗਲਾਸ ਫੜ ਕੇ ਗਲਾਸ ਲਿਆ ਆਵਰਾ ਕੋਈ ਜੇਰ ਪਵੇਗੀ ਤੇ ਫੇਰ ਹੀ ਆਪਾਂ। ਲਿਆ ਭੱਜ ਕੇ ਜਲਦੀ ਲਿਆਓ ਬਈ, ਕੋਈ ਬਰਤਨ ਤਾਂ ਲਿਆਓ ਯਾਰ, ਕੋਈ ਗਲਾਸ ਪਕੜ ਲਿਆਓ ਯਾਰ। ਥੱਲੇ ਚੌਲ ਆ ਯਾਰ, ਚੱਲ ਮਾਰ ਯਾਰ ਤਾਰਾ। ਇਹ ਮਾਸ਼ਾਅੱਲਾ ਦੋਸਤ ਵੀਰ ਚੈੱਕ ਕਰ ਸਕਦੇ ਨੇ, ਬੜਾ ਮੋਟਾ ਚਵਾ ਹੈ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਬੜੀ ਅਸੀਲ ਹੈ ਯਾਰ ਵੈਡ ਮਾਸ਼ਾਅੱਲਾ ਹੈ ਮਾਸ਼ਾਅੱਲਾ। ਚਲੋ ਠੀਕ ਹੋ ਗਿਆ ਜੀ, ਠੀਕ ਹੈ ਮਾਸ਼ਾਅੱਲਾ, ਥਣਾ ਦੀ ਸਾਫ਼ ਹੈ। ਅੱਲਾਹ ਤਾਲਾ ਜਿਹੜਾ ਦੋਸਤ ਵੀਰ ਲੈ ਜਾਏਗਾ ਉਹਦੇ ਨਸੀਬ ਕਰੇ, ਬਾਕੀ ਇਨਸ਼ਾਅੱਲਾ ਸੁੱਚਾ ਤੇ ਖਰਾ ਸੌਦਾ ਹੈ। ਇਨਸ਼ਾਅੱਲਾ ਮੇਰਾ ਐਨੀਮਲ ਟੀ ਵੀ ਤੇ ਜਨਾਬ ਸੁੱਚਾ ਤੇ ਖਰਾ ਸੌਦਾ ਹੀ ਮਿਲਦਾ ਅੱਲਾਹ ਦੇ ਹੁਕਮ ਨਾਲ, ਔਰ ਮੁਨਾਸਬ ਰੇਟ ਤੇ ਮਿਲਦਾ, ਬਾਕੀ ਲੈਣੇ ਦੇ ਨਸੀਬ ਹੁੰਦੇ ਨੇ ਜਨਾਬ। ਮੇਰੀ ਅੱਜ ਵਾਲੀ ਵੀਡੀਓ ਕਿਸੇ ਦੋਸਤ ਵੀਰ ਨੂੰ ਪਸੰਦ ਆਈ ਹੋਵੇ ਉਹ ਲਾਈਕ ਕਰੇ, ਸਬਸਕ੍ਰਾਈਬ ਕਰੇ। ਫਿਰ ਮਿਲਾਂਗੇ ਇੱਕ ਅੱਛੀ ਔਰ ਨਯਾ ਵੀਡੀਓ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।